ਇਹਨਾਂ ਤਸਵੀਰਾਂ ਨੂੰ ਜ਼ਰਾ ਗੌਰ ਦੇ ਨਾਲ ਦੇਖੋ। ਇੱਕ ਮੁਲਜ਼ਮ ਪੁਲਿਸ ਦੇ ਸ਼ਿਕੰਜੇ ਦੇ ਵਿੱਚੋਂ ਚੱਕਮਾ ਦੇ ਕੇ ਭੱਜ ਗਿਆ। ਦੱਸਦੀਏ ਕਿ ਚੋਰੀ ਦੇ ਆਰੋਪਾਂ ਦੇ ਤਹਿਤ ਇਸ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸਿਵਲ ਹਸਪੀਟਲ ਦੇ ਵਿੱਚ ਮੈਡੀਕਲ ਦੇ ਲਈ ਲਿਆਂਦਾ ਗਿਆ। ਤਾਂ ਪੁਲਿਸ ਵਾਲੇ ਕਿਸੇ ਕੰਮ ਦੇ ਵਿੱਚ ਰੁੱਝ ਗਏ ਤਾਂ ਇਹਨੇ ਨੂੰ ਇਹ ਮੁਲਜ਼ਮ ਚੱਕਮਾ ਦੇ ਕੇ ਭੱਜ ਗਿਆ। ਤਾਂ ਪਿੱਛੇ ਪਿੱਛੇ ਇਸ ਦੇ ਪੁਲਿਸ ਦੇ ਮੁਲਾਜ਼ਮ ਵੀ ਭੱਜਦੇ ਨਜ਼ਰ ਆ ਰਹੇ ਨੇ। ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਖੰਨਾ ਦੇ ਵਿੱਚ ਪੁਲਿਸ ਦੇ ਸ਼ਿਕੰਜੇ ਤੋਂ ਇੱਕ ਮੁਲਜ਼ਮ ਭੱਜ ਗਿਆ, ਫਰਾਰ ਹੋ ਗਿਆ, ਔਰ ਪਿੱਛੇ ਉਸਦੇ ਪੁਲਿਸ ਦੇ ਮੁਲਾਜ਼ਮ ਭੱਜਦੇ ਨਜ਼ਰ ਆ ਰਹੇ ਨੇ। ਸਿਵਲ ਹਸਪੀਟਲ ਦੇ ਵਿੱਚ ਮੈਡੀਕਲ ਦੇ ਲਈ ਲਿਆਂਦਾ ਸੀ। ਤਾਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਲਾਪਰਵਾਹੀ ਸਾਹਮਣੇ ਆਈ ਤਾਂ ਉਹਨਾਂ ਦੇ ਸ਼ਿਕੰਜੇ ਦੇ ਵਿੱਚੋਂ ਹੀ ਇੱਕ ਮੁਲਜ਼ਮ ਫਰਾਰ ਹੋ ਗਿਆ, ਜਿਸ ਦਾ ਮੈਡੀਕਲ ਇੱਥੇ ਕਰਵਾਇਆ ਜਾਣਾ ਸੀ। ਔਰ ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹ ਮੁਲਜ਼ਮ ਭੱਜਦਾ ਵੀ ਨਜ਼ਰ ਆ ਰਿਹਾ, ਔਰ ਇੱਕ ਛੋਟੇ ਦਰਵਾਜ਼ੇ ਦੇ ਵਿੱਚੋਂ ਇਹ ਚੋਰ ਮੌਕਾ ਦੇਖ ਕੇ ਰਫੂ ਚੱਕਰ ਹੋ ਗਿਆ। ਤਸਵੀਰਾਂ ਖੰਨਾ ਦੀਆਂ ਨੇ। ਸਿਵਲ ਹਸਪੀਟਲ ਦੇ ਵਿੱਚੋਂ ਇਹ ਚੋਰੀ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਫਰਾਰ ਹੋ ਗਿਆ। ਇਹਨਾਂ ਤਸਵੀਰਾਂ ਨੂੰ ਜ਼ਰਾ ਗੌਰ ਦੇ ਨਾਲ ਦੇਖੋ। ਇੱਕ ਮੁਲਜ਼ਮ ਪੁਲਿਸ ਦੇ ਸ਼ਿਕੰਜੇ ਦੇ ਵਿੱਚੋਂ ਚੱਕਮਾ ਦੇ ਕੇ ਭੱਜ ਗਿਆ। ਦੱਸਦੀਏ ਕਿ ਚੋਰੀ ਦੇ ਆਰੋਪਾਂ ਦੇ ਤਹਿਤ ਇਸ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸਿਵਲ ਹਸਪੀਟਲ ਦੇ ਵਿੱਚ ਮੈਡੀਕਲ ਦੇ ਲਈ ਲਿਆਂਦਾ ਗਿਆ। ਤਾਂ ਪੁਲਿਸ ਵਾਲੇ ਕਿਸੇ ਕੰਮ ਦੇ ਵਿੱਚ ਰੁੱਝ ਗਏ ਤਾਂ ਇਹਨੇ ਨੂੰ ਇਹ ਮੁਲਜ਼ਮ ਚੱਕਮਾ ਦੇ ਕੇ ਭੱਜ ਗਿਆ। ਤਾਂ ਪਿੱਛੇ ਪਿੱਛੇ ਇਸ ਦੇ ਪੁਲਿਸ ਦੇ ਮੁਲਾਜ਼ਮ ਵੀ ਭੱਜਦੇ ਨਜ਼ਰ ਆ ਰਹੇ ਨੇ। ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਖੰਨਾ ਦੇ ਵਿੱਚ ਪੁਲਿਸ ਦੇ ਸ਼ਿਕੰਜੇ ਤੋਂ ਇੱਕ ਮੁਲਜ਼ਮ ਭੱਜ ਗਿਆ, ਫਰਾਰ ਹੋ ਗਿਆ, ਔਰ ਪਿੱਛੇ ਉਸਦੇ ਪੁਲਿਸ ਦੇ ਮੁਲਾਜ਼ਮ ਭੱਜਦੇ ਨਜ਼ਰ ਆ ਰਹੇ ਨੇ। ਸਿਵਲ ਹਸਪੀਟਲ ਦੇ ਵਿੱਚ ਮੈਡੀਕਲ ਦੇ ਲਈ ਲਿਆਂਦਾ ਸੀ। ਤਾਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਲਾਪਰਵਾਹੀ ਸਾਹਮਣੇ ਆਈ ਤਾਂ ਉਹਨਾਂ ਦੇ ਸ਼ਿਕੰਜੇ ਦੇ ਵਿੱਚੋਂ ਹੀ ਇੱਕ ਮੁਲਜ਼ਮ ਫਰਾਰ ਹੋ ਗਿਆ, ਜਿਸ ਦਾ ਮੈਡੀਕਲ ਇੱਥੇ ਕਰਵਾਇਆ ਜਾਣਾ ਸੀ। ਔਰ ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹ ਮੁਲਜ਼ਮ ਭੱਜਦਾ ਵੀ ਨਜ਼ਰ ਆ ਰਿਹਾ, ਔਰ ਇੱਕ ਛੋਟੇ ਦਰਵਾਜ਼ੇ ਦੇ ਵਿੱਚੋਂ ਇਹ ਚੋਰ ਮੌਕਾ ਦੇਖ ਕੇ ਰਫੂ ਚੱਕਰ ਹੋ ਗਿਆ। ਤਸਵੀਰਾਂ ਖੰਨਾ ਦੀਆਂ ਨੇ। ਸਿਵਲ ਹਸਪੀਟਲ ਦੇ ਵਿੱਚੋਂ ਇਹ ਚੋਰੀ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਫਰਾਰ ਹੋ ਗਿਆ। ਇਹਨਾਂ ਤਸਵੀਰਾਂ ਨੂੰ ਜ਼ਰਾ ਗੌਰ ਦੇ ਨਾਲ ਦੇਖੋ। ਇੱਕ ਮੁਲਜ਼ਮ ਪੁਲਿਸ ਦੇ ਸ਼ਿਕੰਜੇ ਦੇ ਵਿੱਚੋਂ ਚੱਕਮਾ ਦੇ ਕੇ ਭੱਜ ਗਿਆ। ਦੱਸਦੀਏ ਕਿ ਚੋਰੀ ਦੇ ਆਰੋਪਾਂ ਦੇ ਤਹਿਤ ਇਸ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸਿਵਲ ਹਸਪੀਟਲ ਦੇ ਵਿੱਚ ਮੈਡੀਕਲ ਦੇ ਲਈ ਲਿਆਂਦਾ ਗਿਆ। ਤਾਂ ਪੁਲਿਸ ਵਾਲੇ ਕਿਸੇ ਕੰਮ ਦੇ ਵਿੱਚ ਰੁੱਝ ਗਏ ਤਾਂ ਇਹਨੇ ਨੂੰ ਇਹ ਮੁਲਜ਼ਮ ਚੱਕਮਾ ਦੇ ਕੇ ਭੱਜ ਗਿਆ। ਤਾਂ ਪਿੱਛੇ ਪਿੱਛੇ ਇਸ ਦੇ ਪੁਲਿਸ ਦੇ ਮੁਲਾਜ਼ਮ ਵੀ ਭੱਜਦੇ ਨਜ਼ਰ ਆ ਰਹੇ ਨੇ। ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਖੰਨਾ ਦੇ ਵਿੱਚ ਪੁਲਿਸ ਦੇ ਸ਼ਿਕੰਜੇ ਤੋਂ ਇੱਕ ਮੁਲਜ਼ਮ ਭੱਜ ਗਿਆ, ਫਰਾਰ ਹੋ ਗਿਆ, ਔਰ ਪਿੱਛੇ ਉਸਦੇ ਪੁਲਿਸ ਦੇ ਮੁਲਾਜ਼ਮ ਭੱਜਦੇ ਨਜ਼ਰ ਆ ਰਹੇ ਨੇ। ਸਿਵਲ ਹਸਪੀਟਲ ਦੇ ਵਿੱਚ ਮੈਡੀਕਲ ਦੇ ਲਈ ਲਿਆਂਦਾ ਸੀ। ਤਾਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਲਾਪਰਵਾਹੀ ਸਾਹਮਣੇ ਆਈ ਤਾਂ ਉਹਨਾਂ ਦੇ ਸ਼ਿਕੰਜੇ ਦੇ ਵਿੱਚੋਂ ਹੀ ਇੱਕ ਮੁਲਜ਼ਮ ਫਰਾਰ ਹੋ ਗਿਆ, ਜਿਸ ਦਾ ਮੈਡੀਕਲ ਇੱਥੇ ਕਰਵਾਇਆ ਜਾਣਾ ਸੀ। ਔਰ ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹ ਮੁਲਜ਼ਮ ਭੱਜਦਾ ਵੀ ਨਜ਼ਰ ਆ ਰਿਹਾ, ਔਰ ਇੱਕ ਛੋਟੇ ਦਰਵਾਜ਼ੇ ਦੇ ਵਿੱਚੋਂ ਇਹ ਚੋਰ ਮੌਕਾ ਦੇਖ ਕੇ ਰਫੂ ਚੱਕਰ ਹੋ ਗਿਆ। ਤਸਵੀਰਾਂ ਖੰਨਾ ਦੀਆਂ ਨੇ। ਸਿਵਲ ਹਸਪੀਟਲ ਦੇ ਵਿੱਚੋਂ ਇਹ ਚੋਰੀ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਫਰਾਰ ਹੋ ਗਿਆ।